ਪੁਲਿਸ ਦੀ ਇਲੀਗਲ ਐਂਟਰੀ, ਦੂਜਿਆਂ ਜ਼ਿਲ੍ਹਿਆਂ ਦੀ ਪੁਲਿਸ ਨਾਲ ਬਾਊਂਸਰ ਲੋਕਾਂ ਨੂੰ ਡਰਾ ਰਹੇ ਆ, ਧਮਕਾ ਰਹੇ ਆ, ਦਹਿਸ਼ਤ ਦਾ ਮਾਹੌਲ ਪੈਦਾ ਕਰ ਰਹੇ ਆ। ਉੱਥੇ ਪੈਰਾਮਿਲਟਰੀ ਲਗਾਓ, SSP ਸਾਹਿਬ ਦਾ ਕੰਟਰੋਲ ਖਤਮ ਹੋ ਗਿਆ, ਉਹ IG ਲੈਵਲ ਦਾ ਅਫਸਰ ਲਗਾਓ ਤਾਂ ਜੋ ਲੋਕ ਆਸਾਨੀ ਨਾਲ ਫ੍ਰੀ ਹੋ ਕੇ ਵੋਟਾਂ ਪਾ ਸਕਣ। ਅਤੇ ਜਾਲੀ ਵੋਟਾਂ ਮੌਕ ਪੋਲਿੰਗ ਦੇ ਬਹਾਨੇ ਕਰਕੇ ਮਸ਼ੀਨਾਂ ਸੀਲ ਕਰ ਦਿੱਤੀਆਂ। ਉਹਨਾਂ ਤਾਂ ਸਾਲ ਪਹਿਲਾਂ ਹੀ ਆਪਣੀ ਸਿਹਤ ਦੇ ਕਾਰਨਾਂ ਕਰਕੇ ਆਪਣੇ ਸਾਰੀਆਂ ਪਾਰਟੀ ਦੀਆਂ ਜ਼ਿੰਮੇਵਾਰੀਆਂ ਤੋਂ ਸੀਲ ਹੋ ਗਈਆਂ। ਕਿਸੇ ਤਰ੍ਹਾਂ ਦੀ ਕਨਫਿਊਜ਼ਨ ਹੁਣ ਹੋਣੀ ਨਹੀਂ ਚਾਹੀਦੀ। ਮੇਰੇ ਨਾਲ ਅੱਜ ਮੌਜੂਦ ਨੇ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਚੀਮਾ। ਸਰ, ਬਾਰ ਬਾਰ ਅਕਾਲੀ ਦਲ ਵੱਲੋਂ ਮਿਲਿਆ ਜਾ ਰਿਹਾ ਚੀਫ ਇਲੈਕਸ਼ਨ ਆਫਿਸਰ ਨੂੰ, ਆਖਿਰ ਕੀ ਮਾਜਰਾ ਹੈ ਜੀ? ਦੇਖੋ, ਉੱਥੇ ਜਿਹੜੀ ਗੁੰਡਾਗਰਦੀ, ਧੱਕੇਸ਼ਾਹੀ, ਪੁਲਿਸ ਦੀ ਇਲੀਗਲ ਐਂਟਰੀ, ਦੂਜਿਆਂ ਜ਼ਿਲ੍ਹਿਆਂ ਦੀ ਪੁਲਿਸ ਨਾਲ ਬਾਊਂਸਰ ਲੋਕਾਂ ਨੂੰ ਡਰਾ ਰਹੇ ਆ, ਧਮਕਾ ਰਹੇ ਆ, ਦਹਿਸ਼ਤ ਦਾ ਮਾਹੌਲ ਪੈਦਾ ਕਰ ਰਹੇ ਆ। ਇਸ ਕਰਕੇ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਕਿਹਾ ਕਿ ਇਹ ਇਲੀਗਲ ਪੁਲਿਸ ਆਪਣੀ ਬਾਹਰ ਲੈ ਜਾਓ ਅਤੇ ਜਿਹੜੀ ਲੀਗਲ ਪੁਲਿਸ ਹੈ ਉਹਨੂੰ ਉੱਥੇ ਹੁਣ ਡਿਊਟੀ ਕਰ। ਉੱਥੇ ਪੈਰਾਮਿਲਟਰੀ ਲਗਾਓ, SSP ਸਾਹਿਬ ਦਾ ਕੰਟਰੋਲ ਖਤਮ ਹੋ ਗਿਆ, ਉਹ IG ਲੈਵਲ ਦਾ ਅਫਸਰ ਲਗਾਓ ਤਾਂ ਜੋ ਲੋਕ ਆਸਾਨੀ ਨਾਲ ਫ੍ਰੀ ਹੋ ਕੇ ਵੋਟਾਂ ਪਾ ਸਕਣ। ਤੁਸੀਂ ਸਰ ਜਾਲੀ ਵੋਟਾਂ ਦੀ ਗੱਲ ਵੀ ਕੀਤੀ ਹੈ ਵੀ ਕੋਈ ਪੈਨਲ ਤਿਆਰ ਹੋ ਰਿਹਾ ਜਿਹੜਾ ਜਾਲੀ ਵੋਟਾਂ ਪਾਵੇਗਾ? ਨਹੀਂ, ਸਾਨੂੰ ਇਨਫੋਰਮੇਸ਼ਨ ਆਈ ਕਾਫੀ ਸਟਰੋਂਗ ਕਿ ਮੌਕ ਪੋਲਿੰਗ ਜਦੋਂ ਸਵੇਰੇ ਸਵੇਰੇ ਹੁੰਦੀ ਹੈ ਉਦੋਂ ਦੂਜੀਆਂ ਪਾਰਟੀਆਂ ਦੇ ਜਿਹੜੇ ਪੋਲਿੰਗ ਏਜੰਟ ਹੈ ਉਹਨਾਂ ਨੂੰ ਰੋਕ ਲਿਆ ਜਾਵੇ ਅਤੇ ਜਾਲੀ ਵੋਟਾਂ ਮੌਕ ਪੋਲਿੰਗ ਦੇ ਬਹਾਨੇ ਕਰਕੇ ਮਸ਼ੀਨਾਂ ਸੀਲ ਕਰ ਦਿੱਤੀਆਂ। ਇਹ ਮੈਂ ਸਮਝਦਾ ਬਹੁਤ ਵੱਡਾ ਖਤਰਾ, ਇਸ ਕਰਕੇ ਅਸੀਂ ਉਹਨਾਂ ਦੇ ਹੁਣੇ ਧਿਆਨ 'ਚ ਜਾਂਦਾ ਕਿ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ। ਮੌਕ ਪੋਲਿੰਗ ਵੇਲੇ ਸਾਰੇ ਪੋਲਿੰਗ ਏਜੰਟ ਕੈਂਡੀਡੇਟਾਂ ਦੇ ਇਨਸ਼ੋਰ ਕਰਨਾ ਕਮਿਸ਼ਨ ਦੀ ਡਿਊਟੀ ਹੋਣੀ ਚਾਹੀਦੀ। ਇਹ ਨਾ ਹੋਏ ਮੌਕ ਪੋਲਿੰਗ ਵੇਲੇ ਪੋਲਿੰਗ ਏਜੰਟ ਪਾਰਟੀ ਦਾ ਕਿਸੇ ਦਾ ਪੁਲਿਸ ਨੇ ਰੋਕਿਆ ਹੋਵੇ ਅਤੇ ਅੰਦਰ ਠਾਠਾ ਵੋਟਾਂ ਪਾ ਕੇ ਅਤੇ ਮਸ਼ੀਨ ਸੀਲ ਹੋ ਜਾਵੇ, ਇਹ ਕੰਮ ਨਾ ਹੋਵੇ। ਇਸ ਕਰਕੇ ਅਸੀਂ ਉਹਨਾਂ ਦੇ ਧਿਆਨ ਦੇ ਵਿੱਚ ਇਹ ਗੱਲ ਪਹਿਲੇ ਲੈ ਦਿੱਤੀ। ਸਰ, ਮੇਰਾ ਕੁਐਸਚਨ ਹੈ ਜੀ, ਸੁਖਦੇਵ ਸਿੰਘ ਢੀਂਡਸਾ ਜੀ ਨੇ ਮੈਂਬਰਸ਼ਿਪ ਤੋਂ ਦੇ ਦਿੱਤਾ ਅਸਤੀਫਾ ਅਤੇ ਜੋ ਉਹਨਾਂ ਨੇ ਧਿਰ ਦੇ ਮੈਂਬਰ ਬਣਾਏ ਹੋਏ ਸੀ ਤੁਸੀਂ ਉੱਥੋਂ ਵੀ, ਕੀ ਕਿਆ ਸਰਾਈਆਂ ਲੈ ਜਾ ਰਹੀਆਂ ਲੋਕਾਂ? ਉਹਨਾਂ ਤਾਂ ਸਾਲ ਪਹਿਲਾਂ ਹੀ ਆਪਣੀ ਸਿਹਤ ਦੇ ਕਾਰਨਾਂ ਕਰਕੇ ਆਪਣੇ ਸਾਰੀਆਂ ਪਾਰਟੀ ਦੀਆਂ ਜ਼ਿੰਮੇਵਾਰੀਆਂ ਤੋਂ ਅਸਤੀਫਾ ਦਿੱਤਾ। ਇਹ ਵੀ ਪਾਰਟੀ ਦੀ ਜ਼ਿੰਮੇਵਾਰੀ ਔਰ ਰਾਜ ਸਭਾ ਤੋਂ ਹੁਣ ਦਿੱਤਾ ਜੀ, 12 ਜੂਨ ਨੂੰ ਚਿੱਠੀ ਲਿਖ ਕੇ ਜਿਹੜੀ ਆ ਪਾਰਲੀਮੈਂਟ ਅਫੇਅਰਸ ਮਿਨਿਸਟਰ ਨੂੰ ਵੀ ਔਰ ਰਾਜ ਸਭਾ ਦੇ ਸੈਕਟਰੀ ਜਨਰਲ ਨੂੰ, ਸਰਦਾਰ ਸੁਖਬੀਰ ਸਿੰਘ ਬਾਦਲ ਦੇ ਦਸਤਾਂ ਹੇਠ ਭੁੰਦਰ ਸਾਹਿਬ ਨੂੰ ਅਸੀਂ ਲੀਡਰ ਬਣਾ ਕੇ ਡਿਪਟੀ ਲੀਡਰ ਦੇਸ਼ ਗੁਜਰਾਤ ਜੀ ਨੂੰ ਬਣਾਇਆ। ਇਸ ਕਰਕੇ ਇਹ ਚੀਜ਼ਾਂ ਤਾਂ ਪਹਿਲਾਂ ਹੀ ਸੈਟਲਡ ਆ, ਇਸ ਕਰਕੇ ਮੈਨੂੰ ਨਹੀਂ ਕਨਫਿਊਜ਼ਨ ਕਿਉਂ ਹੈ, ਕਿਸੇ ਤਰ੍ਹਾਂ ਦੀ ਕਨਫਿਊਜ਼ਨ ਹੁਣ ਹੋਣੀ ਨਹੀਂ ਚਾਹੀਦੀ। ਸਰ, ਇਸ ਤਰ੍ਹਾਂ ਨਹੀਂ ਲੱਗ ਰਿਹਾ ਕਿ ਵਿਚਾਰ ਚਰਚਾ ਹੋ ਰਹੀ ਹੈ ਵੈਸੇ ਲੋਕਾਂ ਦੇ ਵਿੱਚ, ਇਸ ਤਰ੍ਹਾਂ ਬਲਕੌਰ ਸਿੰਘ ਨੂੰ ਹੁਕਮ ਕੀਤਾ ਗਿਆ BJP ਵੱਲੋਂ, ਵੀ ਕਿਤੇ ਢੀਂਡਸਾ ਸਾਹਿਬ ਨਾਲ ਵੀ ਕੋਈ ਇਹੋ ਜਿਹੀ ਗੱਲ ਨਹੀਂ ਚੱਲ ਰਹੀ? ਦੇਖੋ, ਇੱਥੇ ਮੈਂ ਨਹੀਂ ਕੁਛ ਕਮੈਂਟ ਕਰਨਾ ਚਾਹੁੰਦਾ, ਮੇਰੇ ਹਿਸਾਬ ਨਾਲ ਤਾਂ ਨਹੀਂ ਹੋਣਾ ਚਾਹੀਦਾ। ਸ਼ੁਕਰੀਆ ਜੀ, ਬਹੁਤ ਬਹੁਤ। ਸੋ ਉਹ ਤੁਸੀਂ ਸੁਣਿਆ ਕਿ ਅਕਾਲੀ ਦਲ ਵੱਲੋਂ ਵਾਇਓਲੇਸ਼ਨਸ ਦੇ ਅੰਗੇਸ਼ਟ ਜਾ ਕੇ ਇਹ ਇੱਥੇ ਸ਼ਿਕਾਇਤ ਦਿੱਤੀ ਜਾ ਰਹੀ ਹੈ, ਕੰਪਲੇਂਟ ਦਿੱਤੀ ਜਾ ਰਹੀ ਹੈ ਚੀਫ ਇਲੈਕਸ਼ਨ ਆਫਿਸਰ ਨੂੰ, ਤਾਂ ਕਿ ਇਲੈਕਸ਼ਨ ਕਮਿਸ਼ਨ ਇਹਦੇ ਖਿਲਾਫ਼ ਜਾ ਕੇ ਕੋਈ ਨਾ ਕੋਈ ਕਾਰਵਾਈ ਕਰ ਸਕੇ। ਅਤੇ ਸੁਖਦੇਵ ਢੀਂਡਸਾ ਦੇ ਰਿਜ਼ਾਈਨ ਦੇ ਉੱਤੇ ਵੀ ਉਹਨਾਂ ਨੇ ਗੱਲ ਕੀਤੀ ਹੈ ਕਿ ਸੁਖਦੇਵ ਢੀਂਡਸਾ ਵੱਲੋਂ ਪਿਛਲੇ ਸਾਲ ਹੀ ਰਿਜ਼ਾਈਨ ਕਰ ਦਿੱਤਾ ਗਿਆ ਸੀ ਅਤੇ ਰਾਜ ਸਭਾ ਦੇ ਮੈਂਬਰੀ ਤੋਂ ਉਹਨਾਂ ਨੇ ਹੁਣ ਕੀਤਾ ਹੈਗਾ। ਸੋ ਉਹਨਾਂ ਵਾਸਤੇ ਉਹਨਾਂ ਦੇ ਅੰਗੇਸਟ ਜਾ ਕੇ ਪਹਿਲਾਂ ਹੀ ਇਹਨਾਂ ਵੱਲੋਂ ਧਿਰ ਦੇ ਮੈਂਬਰ ਬਣਾਏ ਜਾ ਚੁੱਕੇ ਨੇ।